ਤੇ ਉਧਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਚੰਡੀਗੜ੍ਹ ਰਸਤੇ ਉੱਤੇ ਪੈਂਦੇ ਪਿੰਡ ਹੰਦੋਵਾਲ ਨੇੜੇ ਮਰਸਡੀਜ਼ ਬੱਸ ਨੇ ਇੱਕ ਸਕੂਟੀ ਸਵਾਰ 85 ਵਰਿਆਂ ਬਜ਼ੁਰਗ ਨੂੰ ਆਪਣੀ ਚਪੇਟ ਵਿੱਚ ਲੈ ਲਿਆ, ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਬੱਸ ਦੀ ਟੱਕਰ ਇੰਨੀ ਭਿਆਨਕ ਸੀ ਕਿ ਸਕੂਟੀ ਦੇ ਦੋ ਟੁਕੜੇ ਹੋ ਗਏ। ਹਾਦਸੇ ਤੋਂ ਬਾਅਦ ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਮਿਲਦੇ ਹੀ ਥਾਣਾ ਚੱਬੇਵਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਬੱਸ ਚਾਲਕ ਬਹੁਤ ਤੇਜ਼ ਰਫ਼ਤਾਰ ਨਾਲ ਬੱਸ ਚਲਾ ਰਿਹਾ ਸੀ। ਫਿਲਹਾਲ ਮ੍ਰਿਤਕ ਨੂੰ ਪੋਸਟਮਾਰਟਮ ਲਈ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ। ਪਿੰਡ ਦਾ ਰੋਡ ਮੋੜਨ ਲੱਗੇ ਉੱਥੇ ਇੱਕ ਤਕੋਨ ਬਣ ਗਈ ਆ ਤੇ ਉਸ ਵੇਲੇ ਹਨੇਰੀ ਝੱਖੜ ਵੀ ਸੀ। ਉਸ ਵੇਲੇ ਇਹਨਾਂ ਨੂੰ ਵੀ ਪਤਾ ਲੱਗ ਸਕਿਆ ਬੱਸ ਵੀ ਤੁਹਾਨੂੰ ਪਤਾ ਕਿ ਜੀਡੀ ਰੋਡ ਆ, ਉਹ ਬੱਸ ਦੇ ਨਾਲ ਟਕਰਾ ਗਏ। ਟਕਰਾਉਣ ਕਰਕੇ ਉੱਥੇ ਮੌਕੇ 'ਤੇ ਸਪੋਟ ਡੈਥ ਹੋ ਗਈ ਅਤੇ ਸਾਨੂੰ ਤੋਂ ਬਾਅਦ ਮੈਂ ਤਾਂ ਆਪਣੇ ਹਲਕੇ ਗਰਸ਼ੀਆਂ ਕਰ ਸਕਾਂ ਉੱਥੇ ਗਿਆ ਅਤੇ ਘਰ ਦੇ ਮੈਂਬਰ ਉੱਥੇ ਪਹੁੰਚੇ ਅਤੇ ਮੈਂ ਵੀ ਹੁਣ ਅਸੀਂ ਇੱਥੇ ਹਸਪਤਾਲ ਪਹੁੰਚੇ ਹਾਂ। ਕਿੰਨੀ ਉਮਰ ਸੀ? 85 ਸਾਲ। ਇਹ ਹੰਦੋਵਾਲ ਕਲਾਂ ਨੇੜੇ ਔਰਬਿਟ ਕੰਪਨੀ ਦੀ ਬੱਸ ਸੀ ਅਤੇ ਮੌਕੇ ਦੇ ਵਿੱਚ ਗਿਆ ਮੌਕੇ ਦੇ ਦਾ ਸਵਾਰ ਸੀਗਾ ਚੰਦਰਜੀਤ ਸਿੰਘ, ਉਹਦੀ ਮੌਕੇ 'ਤੇ ਮੌਤ ਹੋ ਗਈ ਹੈ ਅਤੇ ਬੱਸ ਡਰਾਈਵਰ ਦੇ ਖਿਲਾਫ਼ ਵੀ ਕਾਰਵਾਈ ਕੀਤੀ ਜਾ ਰਹੀ ਹੈ। ਬੱਸ ਕਰਦੀ ਦੀ ਮੌਤ ਡਰਾਈਵਰ ਦਾ ਨਾਂ ਪਤਾ ਲੱਗ ਗਿਆ ਹੈਗਾ। ਕਿੱਥੋਂ ਕਿੱਥੋਂ ਆ ਰਹੀ ਬੱਸ? ਪਠਾਨਕੋਟ ਆ ਰਹੀ ਸੀ, ਚੰਡੀਗੜ੍ਹ ਤੋਂ ਪਠਾਨਕੋਟ।